ਹਵਾ ਰੁਕੀ ਪਈ ਹੈ ਜਮਾਂ ਹੀ ਕਿਸੇ ਪਾਸੇ ਹੀ ਹੈ ਨਹੀਂ। ਇਸ ਹਿਸਾਬ ਨਾਲ ਤਾਂ ਨਹੀਂ ਲਿਫਟ ਦੀ ਬਣਨੀ ਵੀਡੀਓ। ਕੀ ਮਜਬੂਰੀ ਹੈ ਇਹ ਵਾਹਨ ਦੀ? ਤੈਨੂੰ ਦਿਨਾ ਨਹੀਂ ਗਾ ਹੁਣ, ਹਵਾ ਤਾਂ ਰੋਕ ਗਈ ਸਾਰੀ, ਇਹਦੇ ਹੋਰ ਫਿਲਟਰ ਜਾਮ ਕਰੇਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਸਾਰਿਆਂ ਦਾ ਵੈਲਕਮ ਆਪਣੇ ਚੈਨਲ 'ਤੇ। ਲਓ ਮਿੱਤਰੋ, ਪਾਰਟ 2 ਹੈ ਇਹ ਲਿਫਟ ਦੀ ਸੈਟਿੰਗ ਵਾਲਾ। ਅਤੇ ਉੱਧਰ ਆਪਾਂ ਤੁਸੀਂ ਦੇਖ ਸਕਦੇ ਹੋ 2 ਕਿੱਲੇ ਵਾਏ ਸੀ ਹੈ ਨਾ ਜਦੋਂ ਆਏ ਸੀਗੇ, ਪਿਛਲੇ ਵਲੌਗ ਤੁਸੀਂ ਜਾ ਕੇ ਦੇਖ ਸਕਦੇ ਹੋ। ਅਤੇ ਹੁਣ ਇੱਧਰ 2.5 ਕਿੱਲੇ ਇਹ, ਇਹ 'ਚ ਹੁਣ ਟੈਸਟਿੰਗ ਕਰਾਂਗੇ ਲਿਫਟ ਦੀ, ਅਤੇ ਉਹਦੇ ਚੈਨਲ 'ਤੇ ਤੁਹਾਨੂੰ ਜਾ ਕੇ ਦੇਖਣ ਨੂੰ ਮਿਲੂਗਾ ਬਰਾੜ ਫਾਰਮ ਐਡਿਟਸ, ਅਤੇ ਜਾ ਕੇ ਜ਼ਰੂਰ ਦੇਖਿਓ ਹੈ ਨਾ। ਬਾਕੀ ਆਪਣੇ ਚੈਨਲ 'ਤੇ ਵੀ ਆਊਗੀ ਡਿਟੇਲ 'ਚ, ਉਹਦੇ ਚੈਨਲ 'ਤੇ ਆਊਗੀ ਪੂਰੀ ਵੀਡੀਓ ਪ੍ਰੋਪਰ। ਇੱਧਰ ਤੁਸੀਂ ਦੇਖ ਸਕਦੇ ਹੋ, ਪਤਾ ਨਹੀਂ ਪੱਟੂ ਕਿਹੜਾ ਗੇਅਰ ਪਾਈ ਫਿਰਦਾ, ਦੇਖੋ ਇੱਧਰ ਜਿਵੇਂ ਹੀ ਐਂ ਬਰੀਕ ਕਰਤਾ। ਹੁਣ ਉੱਧਰ ਸ਼ੁਰੂਆਤ ਕਰੂਗਾ ਵਾਹੂਗਾ, ਅਤੇ ਫਿਰ ਉਦੋਂ ਬਾਅਦ ਸ਼ਾਇਦ ਤੱਕ ਇੱਥੇ ਜੇ ਆ ਕੇ ਆਪਾਂ ਟੈਸਟਿੰਗ ਕਰਾਂਗੇ ਹੈ ਨਾ ਜਦੋਂ ਕੋਲੇ ਜੇ ਆ ਗਏ। ਦੇਖੋ ਫਿਰ ਧੂੜ ਹੋਇਆ ਵਾ ਕੰਮ। ਚਲੋ ਚੱਲ ਕੇ ਮਿਲਦੇ ਹਾਂ ਉੱਥੇ। ਲਓ ਵੀ ਇੱਥੇ ਦਾ ਧੂੜੋ ਧੂੜ ਕੀਤਾ ਪਿਆ ਕੰਮ, ਵੀਡੀਓ ਬਣਨੀ ਤਾਂ ਬਾਹਲੀ ਮੁਸ਼ਕਿਲ ਹੋਈ ਪਈ ਹੈ, ਦੂਜੀ ਸਾਈਡ ਤੋਂ ਬਣਾਉਣੀ ਪੈਣੀ ਹੈ। ਭਰਾਵਾ ਇੰਨੀ ਧੂੜਾ ਡਾਈ ਖੜਾ ਕਿੱਥੇ ਜਾਣਾ? ਬਈ ਇਹਨਾਂ ਧੂੜੋ ਧੂੜ ਕਰਦਾ, ਮੈਂ ਤਾਂ ਵਿਚਾਲੇ ਖੜਾ ਹੀ ਰਹਿ ਗਿਆ ਆਸੇ ਪਾਸੇ, ਪਤਾ ਨਹੀਂ ਕਿਹੜਾ ਗੇਅਰ ਲਾਈ ਪਰ ਟਾਈਮ ਹੀ ਨਹੀਂ ਮਿਲਦਾ ਗਾ, ਇੰਨੇ ਐਂਗਲ ਚੇਂਜ ਕਰਨਾ ਪੈ ਜਾਂਦਾ। ਬੈਠਾ ਹੁਣ ਉੱਤੇ ਸਾਫ ਹੀ ਲੈਂਦਾ, ਹਵਾ ਰੁਕੀ ਪਈ ਹੈ ਜਮਾਂ ਹੀ ਕਿਸੇ ਪਾਸੇ ਹੈ ਨਹੀਂ। ਸਨਸੈਟ ਐਂ ਜੇ ਹਵਾ ਰੁਕੀ ਹੋਵੇ ਟਰੈਕਟਰ ਦੇ ਤਾਂ ਫਿਲਟਰ ਜਾਮ ਹੋਣੇ ਹੀ ਆ, ਬੰਦੇ ਤੇ ਵੀ ਹੋ ਜਾਂਦੇ ਉੱਤੇ ਬੈਠੇ ਦੇ। ਆਹ ਵੇਖੋ ਜਮਾਂ ਹੀ ਕਿਸੇ ਪਾਸੇ ਹੈ ਨਹੀਂ, ਧੂੜ ਜਮਾਂ ਹੀ ਖੜੀ ਹੈ। ਲੈ ਆਪਾਂ ਹੋਰ ਵਿੱਚ ਘਿਰ ਗਏ, ਨਹੀਂ ਬਈ ਪਾਸੇ ਜਾਣਾ ਪੈਣਾ ਯਾਰ, ਉੱਧਰ ਚੱਲੀ ਗਏ, ਬੁਰਾ ਹਾਲ ਕਰਤਾ ਇਹਨੇ ਆਪਦਾ, ਤਾਂ ਹੋ ਹੀ ਗਿਆ। ਮੈਂ ਤਾਂ ਚੱਲਿਆ ਭਰਾਵਾ, ਇੱਧਰ ਦੇਖੋ। ਓਹੋ ਦੇਖੋ ਇੱਧਰ ਕਿੱਲੇ ਕਿੱਲੇ ਦਾ ਹੀ ਫਰਕ ਆ, ਹਵਾ ਜਮਾਂ ਹੀ ਰੁਕੀ ਪਈ ਹੈ ਜਮਾਂ ਹੀ। ਦੇਖੋ ਇਹ ਸਵਾਹ ਵਲੋਗ ਬਣਨਾ, ਸ਼ੁਰੂ ਤਾਂ ਕਰਤਾ ਹੁਣ ਐਂਡਿੰਗ ਕਿਹੜੇ ਹਿਸਾਬ ਨਾਲ ਕਰੀਏ ਨਹੀਂ ਸਮਝ ਆਉਂਦੀ, ਉਹ ਦਿਸੇ ਤਾਂ ਫੇਰ ਹੀ ਹੈ। ਇਸ ਹਿਸਾਬ ਨਾਲ ਤਾਂ ਨਹੀਂ ਲਿਫਟ ਦੀ ਬਣਨੀ ਵੀਡੀਓ। ਹਾਂ ਦੇਖੋ ਉੱਧਰ
ਤਾਹੀਓ ਕਹਿੰਦੇ ਨੇ ਵਾਹੀਆਂ ਕਰਨੀਆਂ ਸੌਖੀਆਂ ਪਈਆਂ। ਤਾਹਾ ਵੀ ਡਬਲ ਕਰ ਲਿਆ ਹੁਣ ਲੱਗਦਾ ਪਤਾ ਹੋਊਗਾ, ਪੰਗਾ ਹੀ ਲੈ ਲਿਆ ਅੱਜ ਤਾਂ। ਇੱਕ ਤਾਂ ਦਿਨ ਇੰਨੀ ਗਰਮੀ ਹੁੰਦੀ ਹੈ ਨਾ, ਕਹਿ ਦਿੰਦੇ ਚਲੋ ਸ਼ਾਮ ਨੂੰ ਹੁਣ ਵਾਹੁਣ ਚੱਲਦੇ ਹਾਂ, ਹੁਣ ਥੋੜ੍ਹਾ ਜਿਹਾ ਠੰਡਾ ਹੋ ਗਿਆ ਕਿ ਹਵਾ ਰੋਗੀ, ਹੁਣ ਦੇਖੋ ਮਿੱਟੀ ਕਿੰਨੀ ਉੱਡਦੀ ਹੈ। ਮੈਨੂੰ ਕਹਿੰਦਾ ਤੂੰ ਟਰੈਕਟਰ 'ਤੇ ਬੈਠੀ, ਮੈਂ ਕਹਿੰਦਾ ਮੈਂ ਚੱਲ ਮੈਂ ਚਲਾ ਲੂੰਗਾ, ਅਤੇ ਹਾਲਾਤ ਹੈਗੇ ਬਹਿਣ ਵਾਲੇ ਉੱਥੇ, ਉਹ ਲੋਕ ਬਣਾਈ ਜਾਂਦਾ ਦੇਖ ਲਓ ਫਿਰ ਵੀ, ਉਹ ਦੇਖ ਦਿਖਾਈ ਜਾਂਦਾ ਵੀ ਆਹ ਵੇਖੋ ਧੂੜ ਕਿੰਨੀ ਉੱਡਦੀ, ਹੁਣ ਮੈਨੂੰ ਦਿਖਾਈ ਜਾਂਦਾ ਕਿਆ ਤਾਂ ਲੱਗਦਾ ਪਤਾ ਹੁਣ ਆਉਂਦਾ ਨਿਆਰਾ ਹੁਣ ਵੇਂਦਾ। ਟਰੈਕਟਰ ਨੇ ਤਾਂ ਮਿੱਟੀ ਖਿੱਚਣੀ ਹੈ, ਅਸੀਂ ਤਾਂ ਚੋਗ ਹੁੰਦੇ ਆ ਫਿਲਟਰ, ਹਵਾ ਚੱਲਦੀ ਹੋਵੇ ਤਾਂ ਹਨਾ ਫਿਰ ਹੀ ਹੁੰਦਾ ਫਾਇਦਾ, ਆਸੇ ਪਾਸੇ ਤਾਂ ਕੁਛ ਵੀ ਨਹੀਂ ਦੇਖ ਲਓ, ਕੋਈ ਨਹੀਂ ਵਾਹੀ ਜਾਂਦਾ। ਉੱਧਰ ਤਾਂ ਸਹੀ ਸੀਗਾ ਹਨਾ, ਹਵਾ ਚੱਲਦੀ ਸੀ ਉਦੋਂ, ਬਸ ਆ ਹੁਣ 10-15 ਮਿੰਟ ਪਹਿਲਾਂ ਹੀ ਹਵਾ ਰੁਕੀ ਹੈ, ਵਿਆਹ ਹਾਲ ਹੋ ਗਿਆ। ਹੁਣ ਪੁੱਛਦਾ ਮੈਂ ਰੋਕ ਕੇ ਵੀ ਕੀ ਮਜਬੂਰੀ ਹੈ ਵਾਹੁਣ ਦੀ, ਇਹ ਕੀ ਮਜਬੂਰੀ ਆ ਹੁਣ ਵਾਹੁਣ ਦੀ, ਆ ਕੀ ਹੈ ਦੇਖੀ ਲੈ, ਧੂੜ ਹੀ ਧੂੜ ਲਈ ਫਿਰਦਾ ਮਗਰ, ਨਹੀਂ ਕੀ ਮਜਬੂਰੀ ਆ ਇਹ ਵਾਹੁਣ ਦੀ, ਨਹੀਂ ਤੈਨੂੰ ਦਿਨਾ ਨੀ ਗਾ ਹੁਣ ਹਵਾ ਤਾਂ ਰੋਗੀ ਸਾਰੀ, ਉੱਧਰ ਚੱਲੀ ਜਾਂਦੀ ਸੀ ਇੱਕ ਪਾਸੇ ਨੂੰ ਜਾਂਦੀ ਸੀ, ਹੁਣ ਦੇਖੀ ਜਮਾਂ ਰੋਗੀ, ਇਹਦੇ ਹੋਰ ਫਿਲਟਰ ਜਾਮ ਕਰੇਗਾ ਹੈ, ਜੋਨਾ ਤਾਂ ਲਗਾਉਣਾ ਸਵੇਰੇ ਵਾਲੀ ਨੂੰ ਹਵਾ ਤਾਂ ਚੱਲੇ, ਇਹ ਤਾਂ ਫਿਲਟਰ ਜਾਮ ਹੋ ਜਾਣੇ, ਤੇਰੇ ਦੇ ਬੁਰਾ ਹਾਲ ਹੋਇਆ ਪਿਆ, ਇਹਦਾ ਵਿਚਾਰੇ ਦਾ ਕੀ ਬਣੂਗਾ, ਇਹ ਗਰਮ ਵਾਲੀ ਸੂਈ ਫੇਰ ਨਹੀਂ ਚੱਕਦਾ ਹੈ, ਇਹ ਤੇ ਅੱਡ ਰਹਿਣਗੀ ਹੁੰਦੀ ਹੈ। ਚੱਲ ਵਾਲ ਮੈਂ ਪਰ ਦਿਖਾਈ ਹੈ ਨਾ ਵਲੋਗ 'ਚ, ਮੈਂ ਕਿਹਾ ਪਤਾ ਨਹੀਂ ਕੀ ਮਜਬੂਰੀ ਹੈ ਵਲੋਗ ਵਾਲਿਓ, ਦੇਖ ਲਓ ਬਣ ਜੂਗੀ, ਹੌਲੀ ਹੌਲੀ ਚਲਾ ਲਾਂਗੇ, ਜ਼ਰੂਰੀ ਥੋੜ੍ਹੇ ਨਾ ਵੱਡੇ ਗੇਅਰ 'ਚ ਭਜਾਉਣਾ। ਆਹ ਕੀ ਕੀਤਾ ਗੇੜਾ ਦੇਖੀ ਲਾਇਆ, ਆ ਧੂੜ 'ਚ, ਧੂੜ 'ਚ ਪਤਾ ਵੀ ਨਹੀਂ ਲੱਗਦਾ ਗੇੜਾ ਕਿਵੇਂ ਲਾਇਆ, ਦੇਖ ਉੱਧਰ ਉਹ ਦੇਖ ਕੀ ਕੀਤਾ, ਹੌਲੀ ਤੋਰਨਾ ਥੋੜ੍ਹਾ ਜਿਹਾ, ਚੱਲ ਭਜਾਲਾ ਫਿਰ। ਕਹਿੰਦੇ ਉਹਨਾਂ ਸੁਹਾਗੇ ਤੇ ਬੈਠੇ ਨੀ ਮਾਣ, ਡਰਾਈਵਰ ਹਲਾਂ ਤੇ ਨੀ ਮਾਣ ਕਹਿੰਦਾ, ਹੋਰ ਚੱਕਰ ਮੈਂ 1400 ਤੇ ਵਾਹਣਾ ਕਹਿੰਦਾ, ਇੱਧਰ ਗੇੜਾ ਦੇਖੋ, ਗੇੜਾ ਹੀ ਨੀ ਪਤਾ ਲੱਗਦਾ ਕਿੱਧਰ ਨੂੰ ਆਈ ਜਾਂਦਾ, ਆਹ ਦੇਖੋ ਇੱਧਰ ਡਰਾਈਵਰ ਆ ਚੋਟੀ ਦਾ। ਲਓ ਮਿੱਤਰੋ ਆਪਾਂ ਤਾਂ ਪਾਸੇ ਆ ਗਈ, ਐਸੀ ਕਿਆ ਮਜਬੂਰੀ ਹੈ ਜੋ ਹਮ ਧੂੜ ਮੈਂ ਬਣਾਏ ਵਲੋਗ, ਸਾਰਾ ਕੁਝ ਜਾਮ ਹੋ ਜਾਣਾ ਤੇ ਮੈਂ ਝੋਨਾ ਲਾਉਣਾ।
ਪਾਣੀ ਦਾ 5 ਦਿਨਾਂ ਨੂੰ ਛੱਡਣਾ। ਲਾਈਟਾਂ ਹੋਰ ਚਲਾਉਂਦਾ, ਲਾਵਤਲੀਆਂ ਵੀ ਚਲਾ ਲਈਆਂ। ਉਧਰੋਂ ਵੀ ਵੇਹਦੇ ਕਰੀ ਕੀ ਜਾਂਦੇ ਆ ਇਹ, ਉਹ ਦੇਖੋ ਕਹਿੰਦੇ ਹੋਣਗੇ ਜੱਟ ਟਿਕਦੇ ਕੌਣ ਨਹੀਂ ਪਾਈ ਗਏ ਇਹਨਾਂ ਕੋਲ ਜ਼ਮੀਨ ਠੇਕੇ 'ਤੇ ਇੱਧਰ। ਆਹ ਦੇਖੋ ਆਸੇ ਪਾਸੇ ਵਾਲੇ ਸਾਰੇ ਵੇਖਣ ਲੱਗ ਗਏ ਵੀ ਇਹ ਕਰੀ ਕੀ ਜਾਂਦੇ ਆ। ਧੂੜੋ ਧੂੜ ਹੋਇਆ ਵਾ ਕੰਮ ਹੋਣਾ ਹੀ ਆ। 13 ਕਲਟੀਵੇਟਰ ਉੱਤੋਂ ਨਿਊ ਹੋਲੈਂਡ 36 ਸਪੈਸ਼ਲ ਐਡੀਸ਼ਨ ਮੋਡੀਫਾਈ। ਮੈਨੂੰ ਆਖਿਆ ਹੌਲੀ ਚਲਾ ਲਾ ਘਿਓ ਨਾ ਥੋੜ੍ਹਾ ਜਿਹਾ, ਫਿਰ ਧੂੜ ਜ਼ਿਆਦਾ ਉੱਡਦੀ ਆ। ਦੇਖੋ ਹੁਣ ਸੈੱਟ ਆ, ਹੁਣ ਦੇਖੋ ਸਹੀ ਹੈ। ਟਰੈਕਟਰ 'ਤੇ ਵੀ ਨਹੀਂ ਜਾਈ ਜਾਂਦੀ ਇੰਨੀ ਧੂੜ, ਉਹ ਵੀ ਇੰਨੇ ਸਾਈਡ 'ਤੇ ਹਟ ਜਾਂਦੀ ਹੈ।